ਜਿਮ ਦਾ ਦੋਨੋਂ ਜਿਮ ਦਾ ਦੋਨੋਂ ਸਵੇਰੇ ਤੇ ਰੋਕੀ ਜਾਂਦੇ ਮਰ ਲਾ ਪੰਛੀਆਂ ਦੀ ਜਾਨ ਲੈਂਦੇ ਕਬੂਤਰਾਂ ਦੀ ਬਾਜ਼ੀ ਲਾਉਣੀ ਹੁਣ ਦੋ ਨੌਜਵਾਨਾਂ ਨੂੰ ਕਾਫੀ ਮਹਿੰਗੀ ਪਈ ਹੈ। ਦੱਸ ਦਈਏ ਕਿ ਕਬੂਤਰਾਂ ਦੀ ਬਾਜ਼ੀ ਲਾਉਣ ਦੇ ਕਾਰਨ ਹੀ ਨੌਜਵਾਨਾਂ ਦੇ ਕਰੰਟ ਲੱਗਿਆ। ਦਰਅਸਲ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਘਰ ਤੋਂ ਇੱਕ ਪਿੰਡ ਦੇ ਵਿੱਚ ਕਬੂਤਰਾਂ ਦੀ ਬਾਜ਼ੀ ਲਾਉਣ ਦੇ ਲਈ ਪਹੁੰਚੇ ਸੀ, ਪਰ ਕਿਹਾ ਜਾ ਰਿਹਾ ਕਿ ਜਦੋਂ ਕਬੂਤਰ ਛੱਡੇ ਗਏ ਤਾਂ ਅਚਾਨਕ ਹੀ ਕਬੂਤਰ ਸਿੱਧਾ ਹੀ ਜਾ ਕੇ ਬਿਜਲੀ ਘਰ ਦੇ ਅੰਦਰ ਵੜ ਜਾਂਦੇ ਨੇ ਅਤੇ ਦੋਵੇਂ ਨੌਜਵਾਨ ਜਦੋਂ ਉਹਨਾਂ ਨੂੰ ਫੜਨ ਦੇ ਲਈ ਜਾਂਦੇ ਨੇ ਬਿਜਲੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ, ਜਿਸ ਦੇ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਅਤੇ ਦੋਵਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ, ਜਿੱਥੇ ਕਿ ਕਬੂਤਰਬਾਜ਼ੀ ਕਰਨੀ ਦੋ ਨੌਜਵਾਨਾਂ ਨੂੰ ਕਾਫੀ ਮਹਿੰਗੀ ਪੈ ਗਈ ਹੈ। ਦੋਵਾਂ ਦੀ ਜਾਨ ਦੇ ਉੱਤੇ ਗੱਲ ਬਣ ਆਈ ਹੈ। ਹਾਲਾਂਕਿ ਜਦੋਂ ਇਹਨਾਂ ਦੇ ਕਰੰਟ ਲੱਗਿਆ ਤਾਂ ਉਸ ਸਮੇਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਨੌਜਵਾਨ ਜ਼ਮੀਨ ਦੇ ਉੱਤੇ ਲਿਟੇ ਹੋਏ ਨੇ ਅਤੇ ਉਹਨਾਂ ਨੂੰ ਚੱਕਣ ਦੀਆਂ ਕੋਸ਼ਿਸ਼ਾਂ ਜਿਹੜੇ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ, ਪਰ ਕੋਈ ਵੀ ਕਰੰਟ ਜ਼ਿਆਦਾ ਹੋਣ ਦੇ ਕਾਰਨ ਅੱਗੇ ਨਹੀਂ ਜਾ ਪਾ ਰਿਹਾ। ਤਾਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਹਸਪਤਾਲ ਦੇ ਵਿੱਚ ਚੱਕ ਕੇ ਦਾਖਲ ਕਰਵਾਇਆ ਗਿਆ। ਭਤੀਜੇ ਖਤਰੇ ਵਾਲਾ ਆਸਾ ਇਹ ਗਏ ਸੀ ਬਾਜੀ ਬੂਜੀ ਤੇ ਕਿਤੇ ਕਰਨੀ ਖੇੜੇ। ਅੱਛਾ ਜੀ। ਤੇ ਉੱਥੇ ਬਿਜਲੀ ਘਰ ਚ ਪਤਾ ਨੀ ਹੁਣ ਕਬੂਤਰ ਫੜਨ ਲੱਗੇ ਕਿ ਕੀ ਫੜਨ ਲੱਗੇ ਵੀ ਉੱਥੇ ਕਰੰਟ ਲੱਗ ਗਿਆ ਸੀ। ਬਿਜਲੀ ਆਇਓ ਤਾਂ ਉੱਥੋਂ ਬਿਜਲੀ ਵਿੱਚੋਂ ਫੋਨ ਕੀਤਾ ਸੀ ਉੱਥੋਂ। ਅੱਛਾ ਜੀ। ਹਾਂ ਬਿਜਲੀ ਘਰ ਤੋਂ ਤੁਹਾਨੂੰ ਫੋਨ ਆਇਆ? ਹਾਂਜੀ ਹਾਂਜੀ। ਉਹਨਾਂ ਨੇ ਐਡਮਿਟ ਕਰਵਾਏ ਸੀ ਇੱਥੇ, ਪਤਾ ਨੀ ਇੱਕ ਦਾ ਨਾਂ ਤਾਂ ਸਰਬਜੀਤ ਹੈ। ਅੱਛਾ ਜੀ। ਤੇ ਦੂਜੇ ਦਾ ਨਾਂ ਵਿਜੀ ਹੈ ਜੀ। ਹਾਲਾਤ ਤਾਂ ਸੀਰੀਅਸ ਹੀ ਨੇ। ਅੱਛਾ। ਇਹ ਕਿਹੜੇ ਪਿੰਡ ਗਏ ਸੀ ਕਬੂਤਰਬਾਜ਼ੀ ਕਰਨ? ਇਹ ਕਰਨੀ ਖੇੜੇ ਜੀ। ਅੱਛਾ, ਉੱਥੇ ਬਾਜੀ ਬੂਜੀ ਚੱਲ ਰਹੀ ਸੀ ਕੋਈ? ਅੱਛਾ, ਕਿੰਨੇ ਜਣੇ ਸੀਗੇ ਕਿਹੜੇ ਪਿੰਡ ਗਏ? ਤਾਂ ਹੁਣ ਪਤਾ ਨਹੀਂ ਕਿਹੜੇ ਕਿਹੜੇ, ਵੀ ਇੰਨਾ ਤਾਂ ਨਹੀਂ ਪਤਾ ਸਾਨੂੰ। ਇਹ ਤਾਂ ਬਾਅਦ 'ਚ ਉੱਥੇ ਬਿਜਲੀ ਘਰ ਤੋਂ ਫੋਨ ਆਇਆ ਸੀ ਵੀ ਇਸ ਤਰ੍ਹਾਂ ਮੁੰਡਿਆਂ ਨੂੰ ਪੱਤਰਿਆਲੀ ਦੇ ਮੁੰਡੇ ਨੇ ਤੇ ਦੋਨੂੰ ਕਰੰਟ ਲੱਗ ਗਿਆ। ਕਿੰਨੇ ਟਾਈਮ ਤੋਂ ਇਹ ਇਸ ਤਰ੍ਹਾਂ ਦਾ ਇਹ ਬਾਜ਼ੀਆਂ ਲਾ ਰਹੇ ਨੇ ਜੀ? ਬਾਜ਼ੀਆਂ ਤਾਂ ਅੱਗੇ ਤੋਂ ਲੱਗਿਆ ਸੀ, ਮੁੰਡਾ ਤਾਂ ਕੰਮ ਲੱਗਿਆ ਹੋਇਆ ਸੀ ਇੱਧਰ, ਡੀਜੇ ਪੂਜੇ ਬਣਾਉਂਦਾ ਸੀਗਾ ਤੇ ਆਇਆ ਹੋਇਆ ਸੀ ਮਹੀਨਾ ਕੁ ਹੋ ਗਿਆ, ਦਾਣਾ ਮੰਡੀ 'ਚ ਕੰਮ ਕਰਦਾ ਰਿਹਾ, ਅੱਜ ਹੀ ਆਇਆ ਕਿਤੇ। ਅੱਛਾ ਅੱਛਾ ਜੀ। ਇਹ ਦੋਸਤ ਨੇ ਆਪਸ ਵਿੱਚ ਜੀ? ਹਾਂ ਦੋਸਤ ਸੀ ਇਹ ਦੋਨੋਂ ਹੀ। ਦੋਨੋਂ ਹੀ। ਹੋਰ ਵੀ ਮੁੰਡੇ ਹੈਗੇ ਸੀ ਇਹਨਾਂ ਨਾਲ? ਹੋਰ ਵੀ ਗਏ ਸੀਗੇ, ਬਾਕੀ ਉਹਨਾਂ ਦਾ ਨਹੀਂ ਪਤਾ ਕਿਹੜੇ ਕਿਹੜੇ ਗਏ ਸੀ। ਅੱਛਾ, ਤੇ ਹੁਣ ਕਿੱਥੇ ਲੈ ਗਏ ਨੇ, ਕਿਸ ਤਰ੍ਹਾਂ ਦੀ ਹਾਲਾਤ? ਮੈਨੂੰ ਤਾਂ ਪਤਾ ਨਹੀਂ ਵੀ ਕਿੱਥੇ ਲੈ ਕੇ ਗਏ ਨੇ, ਹਾਲਾਤ ਤਾਂ ਸੀਰੀਅਸ ਨੇ। ਮੁੰਡਾ ਇੱਕ ਤਾਂ ਜਿਹੜਾ ਵਿਜੇ ਹੈ ਉਹ ਤਾਂ ਇਕੱਲਾ ਹੀ ਹੈ, ਇਕੱਲਾ ਇਕੱਲਾ ਜੀ। ਤੇ ਜਿਹੜਾ ਇਹ ਹੈਗੇ ਤਿੰਨ ਭਰਾ ਹੈ ਜੀ ਸਰਬਜੀਤ, ਪਰਿਵਾਰ ਮੰਮੀ ਡੈਡੀ ਆਏ ਨੇ, ਮਾਸੀ ਆਈ ਹੈ। ਤੁਹਾਡਾ ਕੀ ਲੱਗਦਾ? ਮੇਰਾ ਭਤੀਜਾ ਹੈ ਜੀ, ਸ਼ੌਂਕ ਨਾਲ ਹੀ ਗਏ, ਕਾਰੋਬਾਰ ਤੱਕਾ ਦੇ ਸੀ, ਚੰਗੇ ਬਲੇ ਦਾਣਾ ਮੰਡੀ 'ਚ ਕੰਮ ਕਰਦੇ ਸੀਗੇ, ਐਵੇਂ ਹੀ ਬਸ ਸ਼ੌਂਕ ਕਾਹਦਾ ਹੋਇਆ, ਸ਼ੌਂਕ ਕਬੂਤਰਬਾਜ਼ੀ 'ਚ ਹੁੰਦਾ ਕੀ ਹੈ ਜੀ, ਕਿਸ ਤਰ੍ਹਾਂ ਕਰਦੇ ਨੇ ਜੀ? ਇਹ ਨਹੀਂ ਮੈਨੂੰ ਤਾਂ ਨਹੀਂ ਪਤਾ।